ਤੁਹਾਡੇ ਸਨਮੁਖ ਪੇਸ਼ ਹੈ ਅੰਮ੍ਰਿਤਾ ਪ੍ਰੀਤਮ ਦੀ ਲਿਖੀ ਹੋਈ ਕਹਾਣੀ ਛਾਂ ਦੀ ਕੰਜਰੀ। ਉਹਨੂੰ ਹੁਣ ਕੋਈ ਨੀਲਮ ਨਹੀਂ ਸੀ ਆਖਦਾ, ਸਾਰੇ ਛਾਂ ਦੀ ਕੰਜਰੀ ਆਖਦੇ ਸਨ। ਨੀਲਮ ਨੂੰ ਲਾਹੌਰ ਹੀਰਾ ਮੰਡੀ ਦੇ ਇੱਕ ਚੁਬਾਰੇ ਵਿੱਚ ਜਵਾਨੀ ਚੜ੍ਹੀ ਸੀ ਅਤੇ ਉੱਥੇ ਹੀ ਇੱਕ ਰਿਆਸਤੀ ਸਰਦਾਰ ਦੇ ਹੱਥੋਂ ਪੂਰੇ 5000 ਤੋਂ ਉਹਦੀ ਨੱਤ ਲੱਥੀ ਸੀ ਅਤੇ ਉੱਥੇ ਹੀ ਉਹਦੇ ਹੁਸਨ ਨੇ ਅੱਗ ਬਾਲ ਕੇ ਸਾਰਾ ਸ਼ਹਿਰ ਲੂਹ ਦਿੱਤਾ ਸੀ। ਪਰ ਫਿਰ ਇੱਕ ਦਿਨ ਉਹ ਹੀਰਾ ਮੰਡੀ ਦਾ ਸਸਤਾ ਚੁਬਾਰਾ ਛੱਡ ਕੇ ਸ਼ਹਿਰ ਦੇ ਸਭ ਤੋਂ ਮਹਿੰਗੇ ਹੋਟਲ ਫਲੈਟੀ ਵਿੱਚ ਆ ਗਈ ਸੀ। ਉਹੀ ਉਹ ਸ਼ਹਿਰ ਸੀ ਪਰ ਸਾਰੇ ਸ਼ਹਿਰ ਨੂੰ ਜਿਵੇਂ ਰਾਤੋ ਰਾਤ ਉਹਦਾ ਨਾਂ ਭੁੱਲ ਗਿਆ ਹੋਵੇ। ਸਾਰਿਆਂ ਦੇ ਮੂੰਹਾਂ ਤੋਂ ਇਹੀ ਸੁਣੀਂਦਾ ਸੀ ਛਾਂ ਦੀ ਕੰਜਰੀ। ਲੋਹੜੇ ਦਾ ਗਾਉਂਦੀ ਸੀ, ਕੋਈ ਗਾਉਣ ਵਾਲੀ ਉਹਦੇ ਵਾਂਗ ਮਿਰਜ਼ੇ ਦੀ ਸੱਦ ਨਹੀਂ ਸੀ ਲਾ ਸਕਦੀ। ਇਸ ਲਈ ਲੋਕ ਭਾਵੇਂ ਉਹਦਾ ਨਾਂ ਭੁੱਲ ਗਏ ਸਨ ਪਰ ਉਹਦੀ ਆਵਾਜ਼ ਨਹੀਂ ਸਨ ਭੁੱਲੇ। ਸ਼ਹਿਰ ਵਿੱਚ ਜਿਹਦੇ ਘਰ ਵੀ ਤਵਿਆਂ ਵਾਲਾ ਵਾਜਾ ਸੀ ਉਹ ਉਹਦੇ ਭਰੇ ਹੋਏ ਤਵੇ ਜ਼ਰੂਰ ਖਰੀਦਦਾ ਸੀ, ਪਰ ਸਾਰੇ ਸ਼ਹਿਰਾਂ ਵਿੱਚ ਤਵੇ ਦੀ ਫਰਮਾਇਸ਼ ਵੇਲੇ ਹਰ ਕੋਈ ਇਹੋ ਕਹਿੰਦਾ ਸੀ, ਅੱਜ ਛਾਂ ਦੀ ਕੰਜਰੀ ਵਾਲਾ ਤਵਾ ਜ਼ਰੂਰ ਸੁਣਨਾ ਹੈ। ਗੁੱਜੀ ਛਿਪੀ ਗੱਲ ਨਹੀਂ ਸੀ, ਛਾਂ ਦੇ ਘਰਦਿਆਂ ਨੂੰ ਵੀ ਪਤਾ ਸੀ। ਸਿਰਫ ਪਤਾ ਨਹੀਂ ਸੀ, ਉਹਨਾਂ ਲਈ ਗੱਲ ਵੀ ਪੁਰਾਣੀ ਹੋ ਗਈ ਸੀ। ਛਾਂ ਦਾ ਵੱਡਾ ਮੁੰਡਾ ਜੋ ਹੁਣ ਵਿਆਹਣ ਜੋਗਾ ਸੀ, ਜਦੋਂ ਕੁੱਛੜ ਹੁੰਦਾ ਸੀ ਤਾਂ ਛਾਣੀ ਨੇ ਜ਼ਹਿਰ ਖਾ ਕੇ ਮਰਨ ਦੀ ਧਮਕੀ ਦਿੱਤੀ ਸੀ, ਪਰ ਛਾਂ ਨੇ ਉਹਦੇ ਗਲ ਵਿੱਚ ਮੋਤੀਆਂ ਦਾ ਹਾਰ ਪਾ ਕੇ ਉਹਨੂੰ ਆਖਿਆ ਸੀ, ਛਾਣੀਏ ਉਹ ਤੇਰੇ ਘਰ ਦੀ ਬਰਕਤ ਏ, ਮੇਰੀ ਅੱਖ ਜੁਆਰੀਏ ਦੀ ਅੱਖ ਏ, ਜੋ ਲੱਖੋਂ ਕੱਖ ਕਰਦਾ ਏ ਅਤੇ ਕੱਖੋਂ ਲੱਖ, ਜਿਹਨੂੰ ਪੁੱਠਾ ਪੈ ਜਾਏ ਉਹਦਾ ਲੱਖੋਂ ਕੱਖ ਕਰ ਦਿੰਦਾ ਏ, ਪਰ ਜਿਹਨੂੰ ਸਿੱਧਾ ਪੈ ਜਾਏ ਉਹਦਾ ਕੱਖੋਂ ਲੱਖ ਕਰ ਦਿੰਦਾ ਏ। ਉਹ ਵੀ ਨੀਲਮ ਏ, ਸਾਡੀ ਰਾਸ ਨਾਲ ਮਿਲ ਗਈ ਏ, ਜਿਸ ਦਿਨ ਤੋਂ ਸੰਗ ਬਣਿਆ ਏ ਮੈਂ ਮਿੱਟੀ ਨੂੰ ਹੱਥ ਪਾਵਾਂ ਤਾਂ ਸੋਨਾ ਹੋ ਜਾਂਦੀ ਏ। ਪਰ ਉਹੀ ਉਹ ਇੱਕ ਦਿਨ ਘਰ ਉਜਾੜ ਦੇਵੇਗੀ, ਲੱਖੋਂ ਕੱਖ ਕਰ ਦੇਵੇਗੀ। ਛਾਣੀ ਨੇ ਛਾਤੀ ਦੇ ਸੱਲ ਨੂੰ ਸਹਿ ਕੇ ਉਸੇ ਪਾਸਿਓਂ ਦਲੀਲ ਦਿੱਤੀ ਸੀ ਜਿਸ ਪਾਸਿਓਂ ਛਾਂ ਨੇ ਗੱਲ ਤੋਰੀ ਸੀ। ਮੈਂ ਤਾਂ ਸਗੋਂ ਡਰਨਾ ਕਿ ਇਹਨਾਂ ਕੰਜਰੀਆਂ ਦਾ ਕੀ ਭਰੋਸਾ, ਕੱਲ੍ਹ ਨੂੰ ਕਿਸੇ ਹੋਰ ਨੇ ਸਬਜ਼ ਬਾਗ ਦਿਖਾਏ ਅਤੇ ਜੇ ਇਹ ਹੱਥੋਂ ਨਿਕਲ ਗਏ ਤਾਂ ਲੱਖੋਂ ਕੱਖ ਹੋ ਜਾਣਾ ਏ। ਛਾਂ ਨੇ ਫੇਰ ਆਪਣੀ ਦਲੀਲ ਦਿੱਤੀ ਸੀ ਅਤੇ ਛਾਣੀ ਕੋਲ ਹੋਰ ਦਲੀਲ ਨਹੀਂ ਸੀ ਰਹਿ ਗਈ, ਸਿਰਫ ਵਕਤ ਕੋਲ ਰਹਿ ਗਈ ਸੀ ਅਤੇ ਵਕਤ ਚੁੱਪ ਸੀ, ਕਈ ਵਰ੍ਹਿਆਂ ਤੋਂ ਚੁੱਪ ਸੀ। ਛਾਂ ਸੱਚੀ ਮੁੱਚੀ ਜਿੰਨੇ ਪੈਸੇ ਨੀਲਮ ਉੱਤੇ ਰੋੜਦਾ ਸੀ ਉਸ ਤੋਂ ਕਈ ਗੁਣਾ ਬਹੁਤੇ ਪਤਾ ਨਹੀਂ ਕਿੱਥੋਂ ਕਿੱਥੋਂ ਰੁੜ ਕੇ ਉਹਦੇ ਘਰ ਆ ਜਾਂਦੇ ਸਨ। ਅੱਗੇ ਉਹਦੀ ਛੋਟੀ ਜਿਹੀ ਦੁਕਾਨ ਸ਼ਹਿਰ ਦੇ ਛੋਟੇ ਬਾਜ਼ਾਰ ਵਿੱਚ ਹੁੰਦੀ ਸੀ, ਪਰ ਹੁਣ ਸਭ ਤੋਂ ਵੱਡੇ ਬਾਜ਼ਾਰ ਵਿੱਚ ਲੋਹੇ ਦੇ ਜੰਗਲਿਆਂ ਵਾਲੀ ਸਭ ਤੋਂ ਵੱਡੀ ਦੁਕਾਨ ਉਹਦੀ ਸੀ। ਘਰ ਦੀ ਥਾਵੇਂ ਪੂਰਾ ਮਹੱਲ ਹੀ ਉਹਦਾ ਸੀ, ਜਿਹਦੇ ਵਿੱਚ ਬੜੇ ਸਰਦੇ ਪੁੱਜਦੇ ਕਿਰਾਏਦਾਰ ਸਨ ਅਤੇ ਜਿਹਦੇ ਵਿੱਚ ਤਹਿਖਾਨੇ ਵਾਲੇ ਘਰ ਦਾ ਉਹਦੀ ਛਾਣੀ ਕਦੇ ਇੱਕ ਦਿਨ ਵੀ ਵਸਾ ਨਹੀਂ ਸੀ ਖਾਂਦੀ। ਬੜੇ ਵਰੇ ਹੋਏ, ਛਾਣੀ ਨੇ ਇੱਕ ਦਿਨ ਮੋਹਰਾਂ ਵਾਲੇ ਟਰੰਕ ਨੂੰ ਜੰਦਰਾ ਮਾਰਦਿਆਂ ਛਾਂ ਨੂੰ ਆਖਿਆ ਸੀ, ਉਹਨੂੰ ਭਾਵੇਂ ਹੋਟਲ ਵਿੱਚ ਰੱਖ ਅਤੇ ਭਾਵੇਂ ਤਾਜ ਮਹੱਲ ਪਵਾ ਦੇ, ਪਰ ਬਾਹਰ ਦੀ ਬਲਾ ਬਾਹਰ ਹੀ ਰੱਖੀ, ਉਹਨੂੰ ਮੇਰੇ ਘਰ ਨਾ ਵਾੜੀ, ਮੈਂ ਉਹਦੇ ਮੱਥੇ ਨਹੀਂ ਲੱਗਣਾ। ਅਤੇ ਸੱਚੀ ਮੁੱਚੀ ਛਾਣੀ ਨੇ ਅੱਜ ਤੱਕ ਉਹਦਾ ਮੂੰਹ ਨਹੀਂ ਸੀ ਵੇਖਿਆ। ਜਦੋਂ ਉਹਨੇ ਇਹ ਗੱਲ ਆਖੀ ਸੀ ਉਹਦਾ ਵੱਡਾ ਪੁੱਤਰ ਅਜੇ ਸਕੂਲੇ ਪੜ੍ਹਦਾ ਸੀ ਅਤੇ ਹੁਣ ਉਹ ਵਿਆਹਣ ਜੋਗਾ ਹੋ ਗਿਆ ਸੀ, ਪਰ ਛਾਣੀ ਨੇ ਨਾ ਉਹਦੇ ਗਾਉਣਾ ਵਾਲੇ ਤਵੇ ਘਰ ਵਿੱਚ ਵੜਨ ਦਿੱਤੇ ਸਨ ਅਤੇ ਨਾ ਘਰ ਵਿੱਚ ਕਿਸੇ ਨੂੰ ਉਹਦਾ ਨਾਂ ਲੈਣ ਦਿੱਤਾ ਸੀ। ਉਂਝ ਉਹਦੇ ਪੁੱਤਰਾਂ ਨੇ ਹੱਟੀ ਹੱਟੀ ਉਹਦੇ ਗਾਉਣ ਸੁਣੇ ਹੋਏ ਸਨ ਅਤੇ ਜਣੇ ਖਣੇ ਤੋਂ ਸੁਣਿਆ ਹੋਇਆ ਸੀ ਛਾਂ ਦੀ ਕੰਜਰੀ। ਵੱਡੇ ਪੁੱਤਰ ਦਾ ਵਿਆਹ ਸੀ, ਘਰ 4 ਮਹੀਨਿਆਂ ਤੋਂ ਦਰਜੀ ਬੈਠੇ ਹੋਏ ਸਨ। ਕੋਈ ਸੂਟਾਂ ਉੱਤੇ ਸਿਲਮਾਂ ਕੱਢ ਰਿਹਾ ਸੀ, ਕੋਈ ਤਿੱਲਾ, ਕੋਈ ਕਿਨਾਰੀ ਅਤੇ ਕੋਈ ਦੁਪੱਟਿਆਂ ਉੱਤੇ ਸਿਤਾਰੇ ਮੜ ਰਿਹਾ ਸੀ। ਛਾਣੀ ਦੇ ਹੱਥ ਭਰੇ ਹੋਏ ਸਨ ਰੁਪਈਆਂ ਦੀ ਥੈਲੀ ਕੱਢਦੀ, ਖੋਲ੍ਹਦੀ ਅਤੇ ਫਿਰ ਹੋਰ ਥੈਲੀ ਭਰਨ ਲਈ ਤਹਿਖਾਨੇ ਚਲੀ ਜਾਂਦੀ। ਛਾਂ ਦੇ ਯਾਰਾਂ ਨੇ ਛਾਂ ਨੂੰ ਜਾਰੀ ਦਾ ਵਾਸਤਾ ਪਾਇਆ ਕਿ ਮੁੰਡੇ ਦੇ ਵਿਆਹ 'ਤੇ ਕੰਜਰੀ ਜ਼ਰੂਰ ਗਵਾਉਣੀ ਹੈ। ਉਂਝ ਗੱਲ ਉਹਨਾਂ ਨੇ ਬੜੇ ਤਰੀਕੇ ਨਾਲ ਆਖੀ ਸੀ ਤਾਂ ਕਿ ਛਾਣੀ ਕਿਤੇ ਵੱਟ ਨਾ ਖਾ ਜਾਏ। ਉਂਝ ਤਾਂ ਛਾਂ ਜੀ ਬਥੇਰੀਆਂ ਗਾਉਣ ਨੱਚਣ ਵਾਲੀਆਂ ਜਿਨ੍ਹਾਂ ਨੂੰ ਮਰਜ਼ੀ ਜੇ ਬੁਲਾਓ,
पर उत्थे मलका तुरन्नम जरूर आवे, पामे मिर्जे दी इको सद ला जावे। फ्लैटी होटल आम होटलां जिहा नहीं सी, उत्थे बहुते अंग्रेज लोग ही आउंदे ते ठहरदे सन। उहदे विच कल्ले कल्ले वड्डे कमरे भी सन, पर वड्डे कमरे तीन कमरिया दे सैट भी। इहो जे एक सैट विच नीलम रहिंदी सी ते छा ने सोचिया कि दोस्तां यारां दा दिल खुश करन लई ओ एक दिन नीलम वाले पासे एक रात दी महफल रख लवेगा। यह तां चुवारे जाण वाली गल होई। एक ने उजर कीता ते सारे बोल पए, नहीं शाहजी, ओ तां सिर्फ तुहाडा ही हक बणदा है। अगे कदी असां इन्ने वरे कुछ आख्या है, उस थां दा नां भी कदे नहीं लिया। ओ थां तुहाडी अमानत है, असां तां भतीजे दे विआह दी खुशी करनी है। ओनू खानदानी घरां वांग अपने घर बुलाओ, साडी भाबी दे घर। गल शाह दे मन नूं लगदी सी इस गलों भी कि वह दोस्तां यारां नूं नीलम दा राह नहीं सी बुकाना चाहुंदा। भावें उहदे कन्नी भिणक पैंदी रहिंदी सी कि उहदी गैर हाजरी विच हुण कोई होर अमीरजादा नीलम कोल आउण लग पिया सी, ते दूसरा इस गलों भी कि वह चाहुंदा सी नीलम एक वारी उहदे घर आ के उहदे घर की तड़क पड़क वेख जाए। पर वह छाणी तो डरदा सी दोस्तां नूं हामी ना भर सकिया। दोस्तां यारां विच्चों ही दो ने राह कढ लिया ते छाणी कोल जा के उहनूं आखण लगे, भाबी तू मुंडे दा व्याह दा गौण नहीं बिठाउणा, असां तां सारी खुशी करनी है। छा ने सलाह बनाई है कि एक रात यारां दी महफल नीलम दे पासे हो जावे। गल तां ठीक है, पर हजारां उजड़ जाणगे, आखिर घर तां तेरा है। अगे उस कंजरी नूं थोड़ा खवा लिया है, तू सियाणी बण, उहनूं गौण बजाउण लई इत्थे बुला लै एक दिन। मुंडे दे व्याह दी खुशी भी हो जावेगी ते रुपया उजड़नों भी बच जावेगा। छाणी पहला तां भरी पीती बोली, मैं उस कंजरी दे मत्थे नहीं लगना। पर जदों अगलिया ट्रम्मे नाल आख्या, इत्थे तां भाबी तेरा राज है, वह बंदी बन के आवेगी तेरे हुक्म दी बद्दी, तेरे पुत्र दी खुशी करन लई। हेठी तां उहदी है, तेरी कादी है। जिहे कमी कमीण आए डूम मरासी आए, उहो जिही उहो आई। गल छाणी दे मन लग गई। उंज भी कदे सुत्तियां बैठदियां उहनूं ख्याल आउंदा हुंदा सी इक वारी वेखां तां सही किहो जिही है। उहने कदी उह वेखी नहीं सी, पर क्यासी जरूर सी, भावें डर के सहम के। ते शहर विच्चों लंघदियां पांदियां जे किसे कंजरी नूं उह टांगे विच बैठी नूं वेखदी तां ना सोचणा चाहुंदी होई भी सोच जांदी की पता इह उही होवे, चल मैं भी इक वारी वेख छड्डां। ਉਹ ਮਨ ਵਿੱਚ ਘੁਲਜੇ ਗਈ, ਜੋ ਉਹਨੇ ਮੇਰਾ ਵਿਗਾੜਨਾ ਸੀ ਵਿਗਾੜ ਲਿਆ, ਹੁਣ ਹੋਰ ਕੀ ਕਰ ਲੈਣਾ ਏ, ਇੱਕ ਵਾਰੀ ਚੰਦਰੀ ਨੂੰ ਵੇਖ ਤੇ ਛੱਡਾਂ। ਤੇ ਛਾਣੀ ਨੇ ਹਾਮੀ ਭਰ ਦਿੱਤੀ, ਪਰ ਇੱਕ ਸ਼ਰਤ ਲਾਈ, ਇੱਥੇ ਨਾ ਸ਼ਰਾਬ ਉੱਡੇਗੀ ਨਾ ਕਬਾਬ, ਭਲੇ ਘਰਾਂ ਵਿੱਚ ਜਿਵੇਂ ਗੌਣ ਬਹਿੰਦੇ ਨੇ ਉਸੇ ਤਰ੍ਹਾਂ ਗੌਣ ਬਿਠਾਵਾਂਗੀ, ਤੁਸੀਂ ਮਰਦ ਮਾਣੂ ਵੀ ਬਹਿ ਜਾਣਾ, ਉਹ ਆਵੇ ਤੇ ਸਿੱਧੀ ਤਰ੍ਹਾਂ ਗੌਣ ਕੇ ਤੁਰ ਜਾਏ, ਮੈਂ ਉਹੀਓ ਚਾਰ ਪਤਾਸੇ ਉਹਦੀ ਝੋਲੀ ਪਾ ਦਿਆਂਗੀ ਜੋ ਹੋਰ ਕੁੜੀਆਂ ਚਿੜੀਆਂ ਨੂੰ ਦਿਆਂਗੀ ਜੋ ਘੋੜੀਆਂ ਗਾਉਣਗੀਆਂ। ਇਹੋ ਤਾਂ ਭਾਬੀ ਅਸੀਂ ਕਹਿੰਦੇ ਹਾਂ, ਛਾ ਦੇ ਦੋਸਤਾਂ ਨੇ ਕਿਹਾ, ਤੇਰੀ ਸਿਆਣਪ ਨਾਲ ਹੀ ਤੇ ਘਰ ਬਣਿਆ ਹੋਇਆ ਏ, ਨਹੀਂ ਤਾਂ ਖੋਰੇ ਕੀ ਭਾਣਾ ਵਰਤ ਜਾਂਦਾ। ਉਹ ਆਈ, ਛਾਣੀ ਨੇ ਆਪ ਆਪਣੀ ਬੱਗੀ ਭੇਜੀ ਸੀ, ਘਰ ਮੇਲ ਨਾਲ ਭਰਿਆ ਹੋਇਆ ਸੀ। ਵੱਡੇ ਕਮਰੇ ਵਿੱਚ ਚਿੱਟੀਆਂ ਚਾਦਰਾਂ ਵਿਛਾ ਕੇ ਅੱਧ ਵਿਚਕਾਰ ਢੋਲਕੀ ਰੱਖੀ ਹੋਈ ਸੀ, ਘਰ ਦੀਆਂ ਤੀਵੀਆਂ ਨੇ ਘੋੜੀਆਂ ਛੋਈਆਂ ਹੋਈਆਂ ਸਨ। ਬੱਗੀ ਬੂਹੇ ਅੱਗੇ ਆ ਖਲੋਤੀ ਤਾਂ ਮੇਲਣਾ ਵਿੱਚੋਂ ਜੋ ਕਾਲੀਆਂ ਸਨ ਕੁਝ ਭੱਜ ਕੇ ਬਾਰੀਆਂ ਵੱਲ ਚਲੀਆਂ ਗਈਆਂ ਤੇ ਕੁਝ ਪੌੜੀਆਂ ਵਾਲੇ ਪਾਸੇ। ਨੀ ਬਦਸ਼ਗਨੀ ਕਿਉਂ ਕਰਦੀਆਂ ਉਹ, ਘੋੜੀ ਵਿੱਚੇ ਹੀ ਛੱਡ ਦਿੱਤੀ ਜੇ। ਛਾਣੀ ਨੇ ਦਬਕਾ ਜਿਹਾ ਮਾਰਿਆ, ਪਰ ਉਹਦੀ ਆਵਾਜ਼ ਉਹਨੂੰ ਆਪ ਹੀ ਮੱਠੀ ਜਿਹੀ ਲੱਗੀ, ਜਿਵੇਂ ਉਹਦੇ ਦਿਲ ਵਿੱਚ ਇੱਕ ਧਮਕ ਪਈ ਹੋਵੇ। ਉਹ ਪੌੜੀਆਂ ਚੜ੍ਹ ਕੇ ਬੂਹੇ ਤੱਕ ਆ ਗਈ ਸੀ। ਛਾਣੀ ਨੇ ਆਪਣੀ ਗੁਲਾਬੀ ਧੋਤੀ ਦਾ ਪੱਲਾ ਸਵਾਰਿਆ, ਜਿਵੇਂ ਸਾਹਮਣੇ ਤੱਕਣ ਲਈ ਉਹ ਧੋਤੀ ਦੇ ਸ਼ਗਨਾਂ ਵਾਲੇ ਗੁਲਾਬੀ ਰੰਗ ਦੀ ਸ਼ਹਿ ਲੈ ਰਹੀ ਹੋਵੇ। ਸਾਹਮਣੇ ਉਹਨੇ ਹਰੇ ਰੰਗ ਦਾ ਗਰਾਰਾ ਪਾਇਆ ਹੋਇਆ ਸੀ, ਗਲ ਸੂਹੀ ਰੰਗ ਦੀ ਕਮੀਜ਼ ਤੇ ਸਿਰ ਤੋਂ ਪੈਰਾਂ ਤੱਕ ਢਲਕੀ ਹੋਈ ਹਰੇ ਰੇਸ਼ਮ ਦੀ ਚੁੰਨੀ, ਇੱਕ ਝਿਲਮਿਲ ਜਿਹੀ ਹੋਈ। ਛਾਣੀ ਨੂੰ ਇੱਕ ਪਲ ਸਿਰਫ ਇਹੀ ਜਾਪਿਆ ਜਿਵੇਂ ਹਰਾ ਰੰਗ ਸਾਰੇ ਬੂਹੇ ਵਿੱਚ ਫੈਲ ਗਿਆ ਹੈ। ਫਿਰ ਕੱਚ ਦੀਆਂ ਚੂੜੀਆਂ ਦੀ ਛਣਛਣ ਹੋਈ ਤਾਂ ਛਾਣੀ ਨੇ ਵੇਖਿਆ ਇੱਕ ਗੋਰਾ ਗੋਰਾ ਹੱਥ ਇੱਕ ਉੜੇ ਹੋਏ ਮੱਥੇ ਨਾਲ ਛੋਹ ਕੇ ਉਹਨੂੰ ਸਲਾਮ ਦੁਆ ਜਿਹਾ ਕੁਝ ਆਖਦਾ ਪਿਆ ਹੈ, ਤੇ ਨਾਲ ਹੀ ਇੱਕ ਛਣਕਦੀ ਜਿਹੀ ਆਵਾਜ਼, ਬੜੀਆਂ ਮੁਬਾਰਕਾਂ ਹੋਣ ਛਾਣੀ, ਬੜੀਆਂ ਮੁਬਾਰਕਾਂ।
ਉਹ ਬੜੀ ਚਮਕ ਜਿਹੀ ਸੀ, ਪਤਲੀ ਜਿਹੀ, ਹੱਥ ਲਾਇਆ ਦੂਰੀ ਹੁੰਦੀ। ਛਾਣੀ ਨੇ ਉਹਨੂੰ ਇੱਕ ਢੋ ਵਾਲੇ ਸਿਰਾਣੇ ਵੱਲ ਹੱਥ ਕਰਕੇ ਬਹਿਣ ਲਈ ਆਖਿਆ ਤਾਂ ਛਾਣੀ ਨੂੰ ਜਾਪਿਆ ਉਹਦੀ ਮਾਸ ਨਾਲ ਭਰੀ ਹੋਈ ਬਾਂਹ ਬੜੀ ਹੋਈ ਬੇਡੋਲੀ ਜਿਹੀ ਲੱਗਦੀ ਸੀ। ਕਮਰੇ ਦੀ ਕੁੱਠੀ ਛਾਂ ਵੀ ਸੀ, ਉਹਦੇ ਮਿੱਤਰ ਵੀ ਸਨ, ਸਾਕਾਂ ਵਿੱਚੋਂ ਵੀ ਕੁਝ ਮਰਦ ਸਨ। ਉਸ ਚਮਕ ਜਿਹੀ ਨੇ ਉਸ ਗੁੱਠ ਵੱਲ ਤੱਕ ਕੇ ਵੀ ਇੱਕ ਵਾਰੀ ਸਲਾਮ ਆਖੀ, ਫਿਰ ਪਰਾਂ ਢੋ ਵਾਲੇ ਸਿਰਾਣੇ ਕੋਲ ਠੁਮਕ ਕੇ ਬਹਿ ਗਈ। ਬਹਿਣ ਲੱਗੀ ਦੀਆਂ ਕੱਚ ਦੀਆਂ ਚੂੜੀਆਂ ਫੇਰ ਛਣਕੀਆਂ। ਛਾਣੀ ਨੇ ਇੱਕ ਵਾਰੀ ਫੇਰ ਉਹਦੀਆਂ ਬਾਹਾਂ ਵੱਲ ਵੇਖਿਆ, ਹਰੀਆਂ ਕੱਚ ਦੀਆਂ ਚੂੜੀਆਂ ਨੂੰ, ਤੇ ਫਿਰ ਸੁਭਾਕੇ ਹੀ ਆਪਣੀਆਂ ਬਾਹਾਂ ਵਿੱਚ ਪਏ ਹੋਏ ਸੋਨੇ ਦੇ ਚੂੜੇ ਵੱਲ ਵੇਖਣ ਲੱਗ ਪਈ। ਕਮਰੇ ਵਿੱਚ ਇੱਕ ਚਕਾਚੌਂਧ ਜੀ ਛਾ ਗਈ। ਹਰ ਇੱਕ ਦੀਆਂ ਅੱਖਾਂ ਜਿਵੇਂ ਇੱਕੋ ਪਾਸੇ ਉੱਲਰ ਪਈਆਂ, ਛਾਣੀ ਦੀਆਂ ਆਪਣੀਆਂ ਅੱਖਾਂ ਵੀ, ਪਰ ਉਹਨੂੰ ਆਪਣੀਆਂ ਅੱਖਾਂ ਤੋਂ ਛੁੱਟ ਸਾਰੀਆਂ ਅੱਖਾਂ ਉੱਤੇ ਕ੍ਰੋਧ ਜਿਹਾ ਆ ਗਿਆ। ਉਹ ਫਿਰ ਇੱਕ ਵਾਰੀ ਆਖਣਾ ਚਾਹੁੰਦੀ ਸੀ, ਨੀ ਬਦਸ਼ਗਨੀ ਕਿਉਂ ਕਰਦੀਆਂ ਉਹ, ਘੋੜੀਆਂ ਗਾਓ ਨਾ, ਪਰ ਉਹਦੀ ਆਵਾਜ਼ ਉਹਦੇ ਸੰਗ ਵਿੱਚ ਘੁਲ ਗਈ। ਸ਼ਾਇਦ ਹੋਰਾਂ ਦੀ ਆਵਾਜ਼ ਵੀ ਉਹਨਾਂ ਦੇ ਸੰਗ ਵਿੱਚ ਹੀ ਘੁਲ ਗਈ ਸੀ। ਕਮਰੇ ਵਿੱਚ ਇੱਕ ਚੁੱਪ ਛਾ ਗਈ। ਉਹ ਕਮਰੇ ਦੇ ਅੱਧ ਵਿੱਚ ਪਈ ਹੋਈ ਢੋਲਕੀ ਵੱਲ ਤੱਕਣ ਲੱਗ ਪਈ। ਉਹਦਾ ਜੀ ਕੀਤਾ ਉਹ ਬੜੀ ਜ਼ੋਰ ਦੀ ਢੋਲਕੀ ਵਜਾਏ। ਚੁੱਪ ਉਸੇ ਨੇ ਤੋੜੀ ਜਿਹਦੇ ਪਿੱਛੇ ਚੁੱਪ ਛਾ ਗਈ ਸੀ। ਕਹਿਣ ਲੱਗੀ, ਮੈਂ ਤਾਂ ਸਭ ਤੋਂ ਪਹਿਲਾਂ ਘੋੜੀ ਗਾਵਾਂਗੀ, ਮੁੰਡੇ ਦਾ ਸ਼ਗਨ ਕਰਾਂਗੀ, ਕਿਉਂ ਛਾਣੀ? ਤੇ ਛਾਣੀ ਵੱਲ ਤੱਕਦੀ ਹੱਸਦੀ ਨੇ ਘੋੜੀ ਛੋਹ ਦਿੱਤੀ। ਨਿੱਕੀ ਨਿੱਕੀ ਬੂੰਦੀ ਨਿੱਕਿਆ ਮੀਂਹ ਵੇ ਭਰੇ, ਤੇਰੀ ਮਾਂ ਵੇ ਸੁਹਾਗਣ ਤੇਰੇ ਸ਼ਗਨ ਕਰੇ। ਛਾਣੀ ਨੂੰ ਅਚਾਨਕ ਠਰਮਾ ਜਿਹਾ ਆ ਗਿਆ, ਸ਼ਾਇਦ ਇਸ ਲਈ ਕਿ ਗੀਤ ਵਿਚਲੀ ਮਾਂ ਉਹੀ ਹੈ ਤੇ ਉਹਦਾ ਮਰਦ ਵੀ ਸਿਰਫ ਉਹਦਾ ਮਰਦ ਹੈ, ਤਾਂ ਤਾਂ ਮਾਂ ਸੁਹਾਗਣ ਹੈ। ਛਾਣੀ ਹੱਸਦੇ ਹੋਏ ਮੂੰਹ ਨਾਲ ਉਹਦੇ ਅਸਲੋਂ ਸਾਹਮਣੇ ਬਹਿ ਗਈ, ਜੋ ਇਸ ਵੇਲੇ ਉਹਦੇ ਪੁੱਤਰ ਦੇ ਸ਼ਗਨ ਕਰਦੀ ਪਈ ਸੀ। ਘੋੜੀ ਖਤਮ ਹੋਈ ਤਾਂ ਕਮਰੇ ਦੀ ਬੋਲਚਾਲ ਪਰਤ ਪਈ, ਫਿਰ ਕੁਝ ਸੁਭਾਵਿਕ ਜਿਹਾ ਹੋ ਗਿਆ। ਔਰਤਾਂ ਵਾਲੇ ਪਾਸਿਓਂ ਫਰਮਾਇਸ਼ ਆਈ, ਢੋਲਕੀ ਰੋੜੇ ਵਾਲਾ ਗੀਤ। ਮਰਦਾਂ ਵਾਲੇ ਪਾਸਿਓਂ ਫਰਮਾਇਸ਼ ਆਈ, ਮਿਰਜ਼ੇ ਦੀਆਂ ਸੱਦਾਂ। ਗਾਉਣ ਵਾਲੀ ਨੇ ਮਰਦਾਂ ਵਾਲੇ ਪਾਸੇ ਦੀ ਫਰਮਾਇਸ਼ ਸੁਣੀ ਅਣਸੁਣੀ ਕਰ ਦਿੱਤੀ ਤੇ ਢੋਲਕੀ ਨੂੰ ਆਪਣੇ ਵੱਲ ਖਿੱਚ ਕੇ ਉਹਨੇ ਢੋਲਕੀ ਨਾਲ ਆਪਣਾ ਗੋਡਾ ਜੋੜ ਲਿਆ। ਛਾਣੀ ਕੁਝ ਰੌਂ ਵਿੱਚ ਆ ਗਈ, ਸ਼ਾਇਦ ਇਸ ਲਈ ਕਿ ਗਾਉਣ ਵਾਲੀ ਮਰਦਾਂ ਵਾਲੇ ਪਾਸੇ ਦੀ ਫਰਮਾਇਸ਼ ਪੂਰੀ ਕਰਨ ਦੀ ਥਾਂ ਔਰਤਾਂ ਵਾਲੇ ਪਾਸੇ ਦੀ ਫਰਮਾਇਸ਼ ਪੂਰੀ ਕਰਨ ਲੱਗ ਪਈ ਸੀ। ਮੇਲ ਆਈਆਂ ਔਰਤਾਂ ਵਿੱਚੋਂ ਸ਼ਾਇਦ ਕੁਝ ਨੂੰ ਪਤਾ ਨਹੀਂ ਸੀ, ਉਹ ਇੱਕ ਦੂਜੀ ਕੋਲੋਂ ਕੁਝ ਪੁੱਛ ਰਹੀਆਂ ਸਨ ਤੇ ਕਈ ਉਹਨਾਂ ਦੇ ਕੰਨ ਕੋਲ ਹੋ ਕੇ ਕਹਿ ਰਹੀਆਂ ਸਨ, ਉਹੀ ਹੈ ਨਾ ਸ਼ਾਹ ਦੀ ਕੰਜਰੀ। ਕਹਿਣ ਵਾਲੀਆਂ ਨੇ ਭਾਵੇਂ ਬਹੁਤ ਕੌੜੀ ਕਿਹਾ ਸੀ, ਘੁਸਰ ਮੁਸਰ ਜਿਹਾ, ਪਰ ਛਾਣੀ ਦੇ ਕੰਨੀ ਆਵਾਜ਼ ਪੈ ਰਹੀ ਸੀ, ਕੰਨਾਂ ਨਾਲ ਵੱਜ ਰਹੀ ਸੀ, ਛਾਹ ਦੀ ਕੰਜਰੀ, ਛਾਹ ਦੀ ਕੰਜਰੀ, ਤੇ ਛਾਣੀ ਦੇ ਮੂੰਹ ਦਾ ਰੰਗ ਫੇਰ ਖੁਰ ਗਿਆ। ਇੰਨੇ ਨੂੰ ਢੋਲਕੀ ਦੀ ਆਵਾਜ਼ ਉੱਚੀ ਹੋ ਗਈ ਤੇ ਨਾਲ ਹੀ ਗਾਉਣ ਵਾਲੀ ਦੀ ਆਵਾਜ਼, ਸੂਏ ਵਚੀਰੇ ਵਾਲਿਆ ਮੈਂ ਕਹਿੰਦੀ ਹਾਂ, ਤੇ ਛਾਣੀ ਦਾ ਕਲੇਜਾ ਥੰਮ ਗਿਆ। ਇਹ ਸੂਹੇ ਚੀਰੇ ਵਾਲਾ ਮੇਰਾ ਹੀ ਪੁੱਤਰ ਏ, ਸੁੱਖ ਨਾਲ ਅੱਜ ਘੋੜੀ ਚੰਡ ਵਾਲਾ ਮੇਰਾ ਪੁੱਤਰ। ਫਰਮਾਇਸ਼ਾਂ ਦਾ ਅੰਤ ਨਹੀਂ ਸੀ, ਇੱਕ ਗੀਤ ਮੁੱਕਦਾ ਦੂਜਾ ਗੀਤ ਸ਼ੁਰੂ ਹੁੰਦਾ। ਗਾਉਣ ਵਾਲੀ ਕਦੇ ਔਰਤਾਂ ਵਾਲੇ ਪਾਸੇ ਦੀ ਫਰਮਾਇਸ਼ ਪੂਰੀ ਕਰਦੀ, ਕਦੇ ਮਰਦਾਂ ਵਾਲੇ ਪਾਸੇ ਦੀ, ਵਿੱਚ ਵਿੱਚ ਕਹਿ ਦਿੰਦੀ, ਕੋਈ ਹੋਰ ਵੀ ਗਾਓ ਨਾ, ਮੈਨੂੰ ਸਾਹ ਦਵਾ ਦਿਓ। ਪਰ ਕਿਹਦੀ ਹਿੰਮਤ ਸੀ ਉਹਦੇ ਸਾਹਮਣੇ ਹੋਣ ਦੀ, ਉਹਦੀ ਟੱਲੀ ਵਰਗੀ ਆਵਾਜ਼, ਫੂਕ ਵਰਗੀ ਆਵਾਜ਼, ਉਹ ਵੀ ਸ਼ਾਇਦ ਕਹਿਣ ਨੂੰ ਕਹਿ ਰਹੀ ਸੀ, ਉਂਝ ਇੱਕ ਪਿੱਛੋਂ ਝੱਟ ਦੂਜਾ ਗੀਤ ਉਹ ਛੋਹ ਦਿੰਦੀ ਸੀ। ਗੀਤਾਂ ਦੀ ਗੱਲ ਹੋਰ ਸੀ, ਪਰ ਜਦੋਂ ਉਹਨੇ ਮਿਰਜ਼ੇ ਦੀ ਹੇਕ ਲਾਈ, ਉੱਠ ਨਹੀਂ ਸਹਿਬਾਂ ਸੁੱਤੀਏ, ਉੱਠ ਕੇ ਦੇ ਦੀਦਾਰ, ਹਵਾ ਦਾ ਕਲੇਜਾ ਹਿੱਲ ਗਿਆ। ਕਮਰੇ ਵਿੱਚ ਬੈਠੇ ਹੋਏ ਮਰਦ ਬੁੱਤ ਬਣ ਗਏ। ਛਾਣੀ ਨੂੰ ਫੇਰ ਇੱਕ ਘਬਰਾਹਟ ਜਿਹੀ ਹੋਈ, ਉਹਨੇ ਨੀਝ ਲਾ ਕੇ ਛਾਂ ਦੇ ਮੂੰਹ ਵੱਲ ਤੱਕਿਆ। ਛਾਂ ਵੀ ਹੋਰ ਬੁੱਤਾਂ ਜਿਹਾ ਬੁੱਤ ਬਣਿਆ ਹੋਇਆ ਸੀ, ਪਰ ਛਾਣੀ ਨੂੰ ਜਾਪਿਆ ਉਹ ਪੱਥਰ ਹੋ ਗਿਆ ਏ। ਛਾਣੀ ਦੇ ਕਲੇਜੇ ਵਿੱਚ ਹੌਲ ਪਿਆ ਤੇ ਉਹਨੂੰ ਜਾਪਿਆ ਜੇ ਹੁਣ ਦੀ ਘੜੀ ਖੁੰਝ ਗਈ ਤਾਂ ਉਹ ਆਪ ਵੀ ਹਮੇਸ਼ਾ ਲਈ ਮਿੱਟੀ ਦਾ ਬੁੱਤ ਬਣ ਜਾਏਗੀ। ਉਹ ਕਰੇ ਕੁਝ ਵੀ ਕਰੇ, ਪਰ ਮਿੱਟੀ ਦਾ ਬੁੱਤ ਨਾ ਬਣੇ। ਚੰਗੀ ਤਰਕਾਲ ਪੈ ਗਈ, ਮਹਿਫਲ ਮੁੱਕਣ 'ਤੇ ਆ ਗਈ। ਛਾਣੀ ਦਾ ਕਹਿਣਾ ਸੀ ਕਿ ਉਹ ਅੱਜ ਉਸੇ ਤਰ੍ਹਾਂ ਸਿਰਫ ਪਤਾਸੇ ਵੰਡੇਗੀ ਜਿਸ ਤਰ੍ਹਾਂ ਲੋਕ ਉਸ ਦਿਨ ਵੰਡਦੇ ਸਨ ਜਿਸ ਦਿਨ ਗਾਉਣ ਬਿਠਾਉਂਦੇ ਸਨ। ਪਰ ਜਦੋਂ ਗਾਉਣ ਮੁੱਕੇ ਤਾਂ ਕਮਰੇ ਵਿੱਚ ਚਾਹ ਅਤੇ ਕਈ ਬੰਨਾਂ ਦੀ ਮਠਿਆਈ ਆ ਗਈ ਅਤੇ ਛਾਣੀ ਨੇ ਮੁੱਠ ਵਿੱਚ ਵਲੇਟਿਆ ਹੋਇਆ 100 ਦਾ ਨੋਟ ਕੱਢ ਕੇ ਆਪਣੇ ਪੁੱਤਰ ਦੇ ਸਿਰ ਤੋਂ ਮਾਰਿਆ ਅਤੇ ਫਿਰ ਉਹਨੂੰ ਫੜਾ ਦਿੱਤਾ, ਜਿਸ ਨੂੰ ਲੋਕ
ਚਾਹ ਦੀ ਕੰਜਰੀ ਆਖਦੇ ਸਨ। ਰਹਿਣ ਦੇ ਸ਼ਾਣੀ, ਅੱਗੇ ਵੀ ਤੇਰਾ ਹੀ ਖਾਂਦੀ ਹਾਂ, ਉਹਨੇ ਅੱਗੋਂ ਜਵਾਬ ਦਿੱਤਾ ਅਤੇ ਹੱਸ ਪਏ। ਉਹਦਾ ਹਾਸਾ ਉਹਦੇ ਰੂਪ ਵਾਂਗ ਝਿਲਮਿਲ ਕਰਦਾ ਪਿਆ ਸੀ। ਛਾਣੀ ਦੇ ਮੂੰਹ ਦਾ ਰੰਗ ਹੌਲਾ ਪੈ ਗਿਆ। ਉਹਨੂੰ ਜਾਪਿਆ ਜਿਵੇਂ ਚਾਹ ਦੀ ਕੰਜਰੀ ਨੇ ਅੱਜ ਭਰੀ ਸਭਾ ਵਿੱਚ ਚਾਹ ਨਾਲ ਆਪਣਾ ਸੰਬੰਧ ਜੋੜ ਕੇ ਉਹਦੀ ਹੱਦ ਤੱਕ ਕਰ ਦਿੱਤੀ ਹੈ। ਪਰ ਛਾਣੀ ਨੇ ਆਪਣਾ ਆਪ ਥੰਮ ਲਿਆ, ਇੱਕ ਜ਼ੀਰਾ ਜਿਹਾ ਕੀਤਾ ਕਿ ਅੱਜ ਉਹਨੇ ਹਾਰ ਨਹੀਂ ਖਾਣੀ ਅਤੇ ਜ਼ੋਰ ਦੀ ਹੱਸ ਪਈ। ਨੋਟ ਫੜਾਉਂਦੀ ਆਖਣ ਲੱਗੀ, ਚਾਹ ਕੋਲੋਂ ਤਾਂ ਤੂੰ ਨਿੱਤ ਲੈਂਦੀ ਹੈ, ਪਰ ਮੇਰੇ ਕੋਲੋਂ ਤੂੰ ਫੇਰ ਕਦੋਂ ਲੈਣਾ ਹੈ? ਚੱਲ ਅੱਜ ਲੈ ਲੈ। ਅਤੇ ਚਾਹ ਦੀ ਕੰਜਰੀ 100 ਦੇ ਨੋਟ ਨੂੰ ਫੜਦੀ ਇੱਕੋ ਵਾਰਗੀ ਨਿਮਾਣੀ ਜੀ ਹੋ ਗਈ। ਕਮਰੇ ਵਿੱਚ ਛਾਣੀ ਦੀ ਧੋਤੀ ਦਾ ਸਗਨਾਂ ਵਾਲਾ ਗੁਲਾਬੀ ਰੰਗ ਫੈਲ ਗਿਆ।